ਜਸਪਾਲ ਮੰਤਰੀ ਪੰਜਾਬ ਸਰਕਾਰ ਪੰਜਾਬ ਸਰਕਾਰ ਜੀ ਮੈਂ BRC ਬਲਵਿੰਦਰ ਕੌਰ ਫਿਰੋਜ਼ਪੁਰ ਤੋਂ ਬੋਲਦੇ ਹਾਂ। ਅੱਜ ਪੰਜਾਬ ਸਰਕਾਰ ਨੇ ਸਾਨੂੰ ਇੰਨਾ ਮਜਬੂਰ ਕਰਤਾ ਕਿ ਸਾਨੂੰ ਸੜਕਾਂ ਤੇ ਉਤਰਨਾ ਪਿਆ। ਦੇਖੋ ਇੱਕ ਪਾਸੇ ਉਹ ਕਹਿੰਦਾ ਸਾਡੀ ਪੰਜਾਬ ਦੀ ਧੀ ਆ, ਪੰਜਾਬ ਦੀਆਂ ਧੀਆਂ ਅੱਜ ਸੜਕਾਂ ਤੇ ਰੋੜ ਰਹੀਆਂ। ਇਸ ਪੰਜਾਬ ਸਰਕਾਰ ਨੇ ਸਾਡੇ ਸਾਲ ਤੋਂ ਹੋ ਗਏ ਟੀਏ ਨਹੀਂ ਸਾਨੂੰ ਦੇ ਰਹੀ, ਜੋ ਸਾਨੂੰ 4 ਪੈਸੇ ਮੋਬਾਈਲ ਦੇ ਮਿਲਦੇ ਸਨ ਉਹ ਨਹੀਂ ਮਿਲ ਰਹੇ। ਪੰਜਾਬ ਸਰਕਾਰ ਇੱਕ ਪਾਸੇ ਗੱਲਾਂ ਕਰਦੀ ਹੈ ਧੀਆਂ ਦੀਆਂ, ਧੀਆਂ ਬਚਾਓ, ਧੀਆਂ ਐਂ ਬਚਾਈਆਂ ਜਾਂਦੀਆਂ, ਸਾਡੀਆਂ ਚੁੰਨੀਆਂ ਰੋਲਤੀਆਂ, ਸਾਡੇ ਵੀਰਾਂ ਦੀਆਂ ਪੱਗਾਂ ਰੋਲਤੀਆਂ ਇਸ ਪੰਜਾਬ ਸਰਕਾਰ ਨੇ। ਸਾਡੀ ਜਿਹੜੀ ਭਰਤੀ ਹੋਈ ਸੀ ਰੈਗੂਲਰ ਭਰਤੀ ਹੋਈ ਸੀ, ਸਾਨੂੰ ਕਿਉਂ ਨੀ ਪੱਕਾ ਕੀਤਾ ਗਿਆ, ਸਾਨੂੰ ਕਿਉਂ ਕੱਚੇ ਰੱਖਿਆ ਗਿਆ? ਸਾਡੀਆਂ ਮੰਗਾਂ ਨੂੰ ਅਸੀਂ ਅੱਖ ਕੇ ਅਸੀਂ ਅੱਜ ਰੋਡ ਤੇ ਬੈਠਣ ਲੱਗ ਗਏ, ਬੈਠੇ ਹੋਏ ਆ। ਸਾਡੀਆਂ ਮੰਗਾਂ ਸਾਡੇ ਮੰਨੇ ਸਰਕਾਰ, ਜੇ ਸਾਡੀ ਸਰਕਾਰ ਇਹ ਮੰਗਾਂ ਪੂਰੀਆਂ ਨਾ ਕਰੂਗੀ, ਇਸ ਟਾਈਮ ਸਾਡੇ ਬੰਦੇ ਟੈਂਕੀ ਤੇ ਚੜੇ ਹੋਏ ਆ, ਮੈਂ ਖੁਦ ਟੈਂਕੀ ਤੇ ਬੈਠੀ ਹੋਈ ਆ, ਸਾਡੇ ਮੋਹਾਲੀ ਵੀ ਧਰਨਾ ਚੱਲ ਰਿਹਾ, ਤੇ ਅਸੀਂ ਇਹਦੇ ਤੋਂ ਹੋਰ ਜ਼ਿਆਦਾ ਜਿਹੜਾ ਸਖਤ ਧਰਨਾ ਕਰਾਂਗੇ, ਆਪਣੇ ਆਪ ਨੂੰ ਅਸੀਂ ਤੇਲ ਨਾਲ ਸਾੜਾਂਗੇ, ਜੇ ਨਾ ਉਹ ਕੁਝ ਸਾੜੂਗਾ ਤੇ ਮੈਂ ਖੁਦ ਨੂੰ ਆਪਣੇ ਆਪ ਨੂੰ ਸਾੜਾਂਗੀ। ਇਹ ਪੰਜਾਬ ਸਰਕਾਰ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ, ਜੋ ਇਹ ਪੰਜਾਬ ਸਰਕਾਰ ਮੰਨ ਰਹੀ ਸਾਡੇ TA ਨੂੰ ਕਿ ਸਾਨੂੰ ਤੁਹਾਨੂੰ ਸਾਨੂੰ ਪੱਕਾ ਕਰੇਗੀ, ਪਰ ਇਹ ਸਰਕਾਰ ਕੁਛ ਨਹੀਂ ਕਰ ਰਹੀ। ਡੇਢ ਸਾਲ ਹੋ ਗਿਆ ਅਸੀਂ ਉਸ ਹੀ ਲਾਈਨ 'ਚ ਅਜੇ ਰੁਕੇ ਹੋਏ ਆ, ਪਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਸੀਂ ਪਿੰਡਾਂ 'ਚ ਜਾ ਕੇ ਪਰਸਨਲ ਆਪਦੇ ਪੈਸੇ ਖਰਚ ਕਰਕੇ ਅਸੀਂ ਪਿੰਡਾਂ 'ਚ ਜਲ ਸਪਲਾਈ ਦੀਆਂ ਸਕੀਮਾਂ ਚਲਾ ਰਹੇ ਹਾਂ, ਜੋ ਕਾਫੀ ਟਾਈਮ ਤੋਂ ਬੰਦ ਪਈਆਂ ਹੋਈਆਂ ਨੇ। ਪਾਣੀ ਦੁਰਵਰਤੋਂ ਨੂੰ ਅਸੀਂ ਰੋਕ ਰਹੇ ਹਾਂ,
ਹੋਰ ਅਸੀਂ ਹੋਰ ਸੋਸ਼ਲ ਸਟਾਫ ਸਾਡਾ ਵੱਧ ਤੋਂ ਵੱਧ ਜਿਹੜਾ ਫੀਲਡ 'ਚ ਕੰਮ ਕਰ ਰਿਹਾ, ਕਿਵੇਂ ਕਰ ਰਿਹਾ, ਫ੍ਰੀ 'ਚ ਕੰਮ ਕਰ ਰਿਹਾ। ਇਹ ਪੰਜਾਬ ਸਰਕਾਰ ਨੂੰ ਕੁਛ ਨਹੀਂ ਦਿਸਦਾ, ਇਸ ਲਈ ਅਸੀਂ ਅੱਜ ਆਪਦੀਆਂ ਮੰਗਾਂ ਮਨਾਉਣ ਲਈ ਅਸੀਂ ਸੜਕ ਤੇ ਉਤਰੇ ਹੋਏ ਆ। ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ, ਸਾਡੇ ਹੱਕ ਜੋ ਇੱਥੇ ਰੱਖ। ਪੰਜਾਬ ਸਰਕਾਰ ਮੁਰਦਾਬਾਦ। ਤੁਸੀਂ ਟੈਂਕੀ ਦੇ ਉੱਤੇ ਚੜੇ ਹੋ, ਲੋਕਲ ਜਲ ਮੰਤਰੀ ਨੇ ਕੀ ਕਿਹਾ? ਚੰਗਾ ਜਿੰਪਾ, ਤੁਹਾਨੂੰ ਅਜੇ ਤੱਕ ਕੋਈ ਮਿਲਣ ਲਈ ਆਇਆ ਉਹਨਾਂ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀ? ਅਸੀਂ ਸਵੇਰ ਦੇ ਇੱਥੇ ਬੈਠੇ ਹੋਏ ਆ, ਕੋਈ ਵੀ ਮੰਤਰੀ ਵੱਲੋਂ ਕੋਈ ਸੁਨੇਹਾ ਨਹੀਂ ਆਇਆ। ਮੀਟਿੰਗਾਂ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਰਹੇ ਆ, ਪਰ ਅਸੀਂ ਕਿਹਾ ਵੀ ਰਿਟਰਨ 'ਚ ਸਾਨੂੰ ਦਿਓ ਸਾਡਾ। ਅੱਜ ਦੱਸੋ ਵੀ ਕੋਈ ਰਿਟਰਨ ਤੁਸੀਂ ਦਿਓਗੇ, ਅਸੀਂ ਧਰਨਾ ਚੱਕਾਂਗੇ। ਪਰ ਸਵੇਰ ਦਾ ਜਿਹੜਾ ਸਾਡੇ ਜਲ ਸਪਲਾਈ ਮੰਤਰੀ ਆ, ਉਹਨਾਂ ਵਿੱਚ ਕੋਈ ਸੁਨੇਹਾ ਨਹੀਂ ਆ ਰਿਹਾ। ਉਹ ਸਾਨੂੰ ਦੇਖ ਹੀ ਨਹੀਂ ਰਿਹਾ ਵੀ ਸਾਡੇ ਜਲ ਸਪਲਾਈ ਵਾਲੇ ਜਿਹੜੇ ਮੁਲਾਜ਼ਮ ਆ ਉਹ ਕਿਸ ਤਰ੍ਹਾਂ ਬੈਠੇ ਨੇ। ਅਸੀਂ ਭੁੱਖੇ ਤੇ ਆਏ ਸਵੇਰ ਦੇ, ਆਪਣੇ ਬੱਚਿਆਂ ਦੇ ਸਮੇਤ ਇੱਥੇ ਜਿਹੜੇ ਰੋਡ ਤੇ ਬੈਠੇ ਹੋਏ ਆ, ਕਿਹੜਾ ਮਜਬੂਰ ਕੀਤਾ ਇਹ? ਪੰਜਾਬ ਸਰਕਾਰ ਨੇ ਕੀਤਾ ਜੀ। ਜੇਕਰ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤੇ ਅਗਲੀ ਰਣਨੀਤੀ ਕੀ ਹੋਏਗੀ, ਕਿਉਂਕਿ ਕੱਲ ਨੂੰ ਸੀਐਮ ਭਗਵੰਤ ਮਾਨ ਵੀ ਹੁਸ਼ਿਆਰਪੁਰ ਪਹੁੰਚ ਰਹੇ ਨੇ? ਹੁਸ਼ਿਆਰਪੁਰ ਅਸੀਂ ਇੱਥੇ ਬੈਠੇ ਆ, ਜੋ ਅਸੀਂ ਅੱਗੇ ਧਰਨਾ ਲਾਇਆ ਹੋਇਆ, ਅਸੀਂ ਅਣਗਿਣਤ ਲਈ ਲਾਇਆ ਹੋਇਆ, ਅਸੀਂ ਉੱਠਣਾ ਹੀ ਨਹੀਂ ਗਾ। ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀਆਂ, ਅਸੀਂ ਇਹ ਅੱਗੇ ਸਮੇਂ ਲਈ ਕਰਾਂਗੇ। ਨਾਮ ਕੀ? ਮੈਮ ਨਾਮ ਕੀ? ਬਲਿੰਦਰ ਕੌਰ ਜੀ। ਕੀ ਨਾਮ ਆ ਭਾਈ? ਮੇਰਾ ਨਾਮ ਜੀ ਸਰਬਜੀਤ ਸਿੰਘ, ਬਲਾਕ ਕੋਆਰਡੀਨੇਟਰ, ਬਲਾਕ ਡੇਰਾ ਬਾਬਾ ਨਾਨਕ, ਡਿਸਟ੍ਰਿਕਟ ਗੁਰਦਾਸਪੁਰ। ਅੱਜ ਅਸੀਂ ਸਾਡੀ ਪੰਜਾਬ ਦੀ ਯੂਨੀਅਨ ਬਲਾਕ ਰਿਸੋਰਸ ਕੋਆਰਡੀਨੇਟਰ ਡਿਸਟ੍ਰਿਕਟ ਯੂਨੀਅਨ ਵੱਲੋਂ, ਜੋ ਪੰਜਾਬ ਦੇ ਪ੍ਰਧਾਨ ਸਰਦਾਰ ਜਗਸੀਰ ਸਿੰਘ ਜੀ ਹੋਣਾ ਨੇ ਅੱਜ ਦਾ ਪ੍ਰੋਗਰਾਮ ਉਲੀਕਿਆ ਸੀ, ਉਹਦੇ ਸੰਬੰਧ ਵਿੱਚ ਅੱਜ ਅਸੀਂ ਹੁਸ਼ਿਆਰਪੁਰ ਦੀ ਧਰਤੀ ਤੇ ਪੰਜਾਬ ਦੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਦੇ ਪਹੁੰਚੇ ਹੋਏ ਆ, ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ। ਕਿਉਂਕਿ ਲਗਭਗ ਪਿਛਲੇ 15 ਮਹੀਨਿਆਂ ਤੋਂ ਜਿਹੜਾ ਪੱਤਾ ਸਾਨੂੰ ਪਿਛਲੇ 12 ਸਾਲ ਤੋਂ ਮਿਲਦਾ ਸੀ, ਉਹ ਸਾਡਾ ਇਸ ਸਰਕਾਰ ਨੇ ਪਿਛਲੇ ਸਾਲ ਕੱਟ ਲਿਆ ਸੀ। ਲਗਭਗ ਇੱਕ ਬੰਦੇ ਦਾ 45 ਤੋਂ 50 ਹਜ਼ਾਰ ਰੁਪਈਏ ਦਾ ਪਿਛਲੇ ਸਾਲ ਨੁਕਸਾਨ ਹੋ ਗਿਆ। ਉਹਨਾਂ ਪੱਤਿਆਂ ਦੀ ਬਹਾਲੀ ਵਾਸਤੇ ਜਿਹੜੇ ਸਾਨੂੰ ਆਲਰੇਡੀ ਮਿਲਦੇ ਪਏ ਸਨ ਪਿਛਲੇ 10-11-12 ਸਾਲ ਤੋਂ, ਅਸੀਂ ਕੋਈ ਨਵੀਂ ਮੰਗ ਨਹੀਂ ਕਰ ਰਹੇ ਕਿ ਸਾਡਾ ਕੋਈ ਨਵੀਂ ਮੰਗ ਅਸੀਂ ਕਰ ਰਹੇ ਹਾਂ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਸੀ ਕਿ ਸਾਡੇ ਜਿਹੜੇ ਲਾਗੂ ਕੀਤੇ ਪੱਤੇ ਆ ਉਹਨਾਂ ਨੂੰ ਲਾਗੂ ਰਹਿਣ ਦਿੱਤੇ ਜਾਣ। ਸਾਡਾ ਵਿੱਤੀ ਨੁਕਸਾਨ ਹੋ ਰਿਹਾ, ਨਿਗੂਣੀਆਂ ਤਨਖਾਹਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ, ਔਰ ਇੱਕ ਬਲਾਕ ਕੋਆਰਡੀਨੇਟਰ ਲਗਭਗ 80 ਤੋਂ 85 ਪਿੰਡਾਂ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਪਿਛਲੇ 12 ਸਾਲ ਤੋਂ। ਹਰ ਰੋਜ਼ ਪੈਟਰੋਲ ਦਾ ਖਰਚਾ ਜਿਹੜਾ ਹੁੰਦਾ ਆ, ਔਰ ਲਗਭਗ 2 ਤੋਂ 3 ਪਿੰਡ ਅਸੀਂ ਰੋਜ਼ ਵਿਜਿਟ ਕਰਦੇ ਹਾਂ ਬਲਾਕ ਦੀ। ਤੁਹਾਡੇ ਮੁਲਾਜ਼ਮ ਵੀ ਟੈਂਕੀ ਦੇ ਉੱਪਰ ਜੁੜੇ ਹੋਏ ਨੇ, ਕੀ ਹੁਣ ਤੱਕ ਤੁਹਾਡੇ ਨਾਲ ਕਿਸੇ ਵੀ ਮੰਤਰੀ ਦੇ ਜਾਂ ਪ੍ਰਸ਼ਾਸਨ ਅਧਿਕਾਰੀ ਨੇ ਕਿਸੇ ਨਾਲ ਸੰਪਰਕ ਕੀਤਾ? ਵੇਖੋ ਜੀ, ਸਾਡੇ ਮੁਲਾਜ਼ਮ ਜਿਹੜੇ ਟੈਂਕੀ ਤੇ ਚੜੇ ਨੇ ਇਹ ਮਜਬੂਰੀ ਵਸ ਚੜੇ ਆ, ਔਰ ਮੰਤਰੀ ਸਾਹਿਬ ਦੇ ਪੀਏ ਸਾਹਿਬ ਦਾ ਫੋਨ ਪ੍ਰਧਾਨ ਜੀ ਉਹਨਾਂ ਨੂੰ ਆਉਂਦਾ ਹੈ ਕਿ 25 ਦੀ ਮੀਟਿੰਗ ਲੈ ਲਓ। ਮੀਟਿੰਗਾਂ ਅੱਗੇ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ 15 ਮਹੀਨਿਆਂ ਵਿੱਚ, ਉਹਨਾਂ ਦਾ ਰਿਜ਼ਲਟ 0 ਰਿਹਾ ਆ। ਹੁਣ ਅਸੀਂ ਮੀਟਿੰਗ ਨਹੀਂ, ਹੁਣ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰਿਟਰਨ ਦੇ ਵਿੱਚ ਡਿਪਾਰਟਮੈਂਟ ਵੱਲੋਂ ਜਾਂ ਮੰਤਰੀ ਸਾਹਿਬ ਵੱਲੋਂ ਵਿਸ਼ਵਾਸ ਦਵਾਇਆ ਜਾਵੇ, ਰਿਟਰਨ ਦੇ ਵਿੱਚ ਸਾਨੂੰ ਲਿਖਤੀ ਦਿੱਤਾ ਜਾਵੇ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਨੇ ਤੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਗਿਆ ਵਾ। ਸਾਨੂੰ ਰਿਟਰਨ ਦੇ ਵਿੱਚ ਦੇਣਗੇ ਫਿਰ ਅਸੀਂ ਇੱਥੋਂ ਉੱਠਣਾ ਆ, ਨਹੀਂ ਤੇ ਅਸੀਂ ਇੱਥੇ ਬੈਠੇ ਆ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰਦੇ ਆਏ ਆ ਤੇ ਕਰਦੇ ਰਵਾਂਗੇ। ਅਗਰ ਮੰਤਰੀ ਸਾਹਿਬ ਵੱਲੋਂ ਤੁਹਾਨੂੰ ਜਿਹੜਾ ਵਿਸ਼ਵਾਸ ਨਾ ਦਵਾਇਆ ਜਾਵੇ ਤਾਂ ਤੁਹਾਡੀ ਕੀ ਰਣਨੀਤੀ? ਅਗਲੀ ਰਣਨੀਤੀ ਇਹ ਆ ਕਿ ਇਸ ਸੰਘਰਸ਼ ਨੂੰ ਪੰਜਾਬ ਲੈਵਲ ਤੇ ਵੱਡੇ ਪੱਧਰ ਉੱਤੇ ਹੋਰ ਵੀ ਜਿਹੜੀਆਂ ਭਰਾਤਰੀ ਜਥੇਬੰਦੀਆਂ ਨੇ, ਮੁਲਾਜ਼ਮ ਜਥੇਬੰਦੀਆਂ, ਉਹਨਾਂ ਨੂੰ ਸੰਪਰਕ ਵਿੱਚ ਲੈ ਕੇ, ਤੇ ਇਹ ਜਿਹੜਾ ਸੰਘਰਸ਼ ਹੈ ਰੁਕਣ ਵਾਲਾ ਨਹੀਂ, ਇਹ ਕਾਫਲਾ ਵੱਧਦਾ ਹੀ ਜਾਣਾ ਆ।
ਨਾ ਇਹਨੂੰ ਕਿਸੇ ਸਰਕਾਰ ਨੇ ਅੱਗੇ ਡੱਕਿਆ ਤੇ ਨਾ ਕਿਸੇ ਸਰਕਾਰ ਹੋਰ ਡੱਕ ਸਕਦੀ ਹੈ। ਅਸੀਂ ਆਪਣੀਆਂ ਹੱਕੀ ਮੰਗਾਂ ਵਾਸਤੇ ਦਿਨ ਰਾਤ ਜਿੱਥੋਂ ਤੱਕ ਹੋ ਸਕਿਆ ਅਸੀਂ ਜਦੋਂ ਜਦ ਕਰਦੇ ਰਵਾਂਗੇ। ਨਹੀਂ ਜੀ, ਸਾਡੀ ਜਥੇਬੰਦੀ ਵੱਲੋਂ ਇਹ ਜਿਹੜੀ ਧਰਨੇ ਦੀ ਕਾਲ ਦਿੱਤੀ ਗਈ ਸੀ ਉਹਦੇ ਵਿੱਚ ਸਾਡੀ ਅੱਧੀ ਜਥੇਬੰਦੀ ਜਿਹੜੀ ਆ ਲਗਭਗ 90 ਸਾਥੀ ਸਾਡੇ HOD ਦਫ਼ਤਰ ਮੋਹਾਲੀ ਵਿਖੇ ਸਵੇਰ ਤੋਂ ਧਰਨਾ ਦੇ ਰਹੇ ਨੇ ਤੇ ਅਸੀਂ ਲਗਭਗ 80 ਤੋਂ 90 ਸਾਥੀ ਇੱਥੇ ਹੁਸ਼ਿਆਰਪੁਰ ਵਿਖੇ ਮੰਤਰੀ ਜੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦੇ ਰਹੇ ਹਾਂ ਤਾਂ ਕਿ ਸਰਕਾਰ ਨੂੰ ਵੀ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਪਤਾ ਲੱਗ ਸਕੇ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰ ਦੇ। ਜੀ ਸਰ, ਕੀ ਨਾਮ ਆ? ਮੈਂ ਸੁਪਰਿੰਟੈਂਡਿੰਗ ਇੰਜੀਨੀਅਰ ਹਾਂ ਜੀ, ਹੁਸ਼ਿਆਰਪੁਰ ਤੋਂ। ਮੰਤਰੀ ਜੀ ਨੇ ਇਹ ਯੂਨੀਅਨ ਨੂੰ 25 ਤਰੀਕ ਦਾ ਟਾਈਮ ਦੇ ਦਿੱਤਾ ਹੈਗਾ, ਉਹ ਅਸੀਂ ਇਹਨਾਂ ਨੂੰ ਲੈਟਰ ਜਿਹੜਾ ਹੈਗਾ ਦੇ ਦਿੱਤਾ ਹੈਗਾ ਔਰ ਮੀਟਿੰਗ 25 ਤਰੀਕ ਨੂੰ ਕਰਨ ਲਈ ਇਹਨਾਂ ਨੂੰ ਕਿਹਾ ਹੈ। ਉਹਦੇ ਬਾਰੇ ਹਾਲੇ ਆਪਸ ਵਿੱਚ ਗੱਲ ਕਰ ਰਹੇ ਹੈਗੇ, ਉਹਦੇ ਬਾਰੇ ਹਾਲੇ ਕੁਛ ਇਹਨਾਂ ਨੇ ਕਲੀਅਰ ਨਹੀਂ ਕੀਤਾ। ਫਿਲਹਾਲ ਤੁਹਾਡੇ ਵੱਲੋਂ 25 ਤਰੀਕ ਦਾ ਟਾਈਮ? ਹਾਂਜੀ ਹਾਂਜੀ। We at GNA University see potential in everyone and everything around us. We drive innovation and entrepreneurship. We groom competent global citizens to effect positive change around them.